अज रोपड़ दे गुरुद्वारा श्री सिंह सभा विखे सरबत दा भला ट्रस्ट वालों मासिक पेंशन ते सर्टिफिकेट वंडन दा प्रोग्राम आयोजित किया गया। इस मौके उते हलका विधायक आम आदमी पार्टी दिनेश चड्ढा ते आम आदमी पार्टी दे इकलौते कौंसलर राजू सत्याल भी मौजूद रहे। इस मौके उते सरबत दा भला ट्रस्ट वालों गरीब ते लोड़वंद लोगों नूं मासिक पेंशन ते सर्टिफिकेट वंडे गए। इस मौके उते हलका विधायक ने किया कि सरबत दा भला ट्रस्ट हमेशा ही गरीब अते जरूरतमंद लोकां नाल खड़ी रही है, चाहे कोरोना काल होवे जिस दे विच मास्कां दी जरूरत होवे जां ऑक्सीजन सिलेंडरां दी लोड होवे। इस मौके ट्रस्ट दे प्रबंधकां ने किया कि ट्रस्ट दे चेयरमैन डॉक्टर एस पी ओबराय वालों सालाना 10 करोड़ रुपए जारी किए गए हैं, जिस तहत अज उन्हां वालों ये प्रोग्राम का आयोजन किया गया है। रोपड़ तो पंजाब टीवी प्राइम दे लई पुलकित कुमार की रिपोर्ट। ਲੋੜਵੰਦਾਂ ਨੂੰ ਜ਼ਰੂਰਤਮੰਦਾਂ ਨੂੰ ਚੈੱਕ ਦੇਣ ਲਈ ਇੱਥੇ ਚੱਡਾ ਜੀ ਐਮ ਐਲ ਏ ਮੈਂ ਉਹਨਾਂ ਦਾ ਗੁਰਦੁਆਰਾ ਸਿੰਘ ਸਭਾ ਵੱਲੋਂ ਸਾਰੀ ਕਮੇਟੀ ਵੱਲੋਂ ਜੀ ਆਇਆਂ ਕਰਦਾ ਔਰ ਐਸ ਪੀ ਸਿੰਘ ਉਬਰਾਏ ਜੋ ਰੋਪੜ ਦੇ ਜੰਮਪਲ ਹੈ ਸਾਡੇ ਵਿੱਚੋਂ ਨੇ ਉਹਨਾਂ ਵੱਲੋਂ 40 ਕਰੋੜ ਰੁਪਇਆ ਸਾਲ ਦਾ ਜੋ ਡੋਨੇਸ਼ਨ ਦਿੱਤੀ ਜਾਂਦੀ ਹੈ ਔਰ ਬੇਸਹਾਰਾ ਗਰੀਬਾਂ ਨੂੰ ਮਦਦ ਕੀਤੀ ਜਾਂਦੀ ਹੈ ਔਰ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਂਦੀ ਹੈ, ਵੈਂਟੀਲੇਟਰਾਂ ਦੀ ਸੇਵਾ ਕੀਤੀ ਜਾਂਦੀ ਹੈ, ਉਹ ਬੜੀ ਵੱਡਾ ਉਪਰਾਲਾ। ਮੈਂ ਉਹਨਾਂ ਨੂੰ ਰੋਪੜ ਦੇ ਐਸ ਪੀ ਸਿੰਘ ਨੂੰ ਜਿੱਥੇ ਵਧਾਈ ਦਿੰਦਾ, ਉੱਥੇ ਜੇ ਕੇ ਜੱਗੀ ਜੀ ਜੋ ਸਰਬੱਤ ਦਾ ਭਲਾ ਟਰੱਸਟ ਅਤੇ ਉਹਨਾਂ ਦੇ ਸਾਥੀ ਜੋ ਇੱਥੇ ਹਰ 15 ਤਰੀਕ ਨੂੰ ਚੈੱਕ ਭੇਟ ਕਰਦੇ ਹਨ ਔਰ ਸੇਵਾ ਕਰਦੇ ਹਨ, ਮੈਂ ਉਹਨਾਂ ਦਾ ਵੀ ਇੱਥੇ ਧੰਨਵਾਦੀ ਹਾਂ ਕਿ ਉਹਨਾਂ ਨੇ ਗਰੀਬਾਂ ਦੀ ਬਾਂਹ ਫੜੀ ਹੈ। ਅੰਤ ਵਿੱਚ ਮੈਂ ਇੰਨਾ ਹੀ ਕਹਾਂਗਾ ਕਿ ਐਸ ਪੀ ਸਿੰਘ ਉਬਰਾਏ ਦੀ ਪਰਮਾਤਮਾ ਲੰਬੀ ਉਮਰ ਕਰੇ ਔਰ ਇਹ ਸਾਰੀ ਟੀਮ ਐੱਮ ਐੱਲ ਏ ਸਾਹਿਬ ਦਾ ਵੀ ਬਹੁਤ ਯੋਗਦਾਨ ਬਣਦਾ, ਇਹ ਮੈਨੂੰ ਦੱਸਣ ਦੀ ਇੱਥੇ ਲੋੜ ਨਹੀਂ, ਇਹ ਵੀ ਸ਼ਿੱਦਤ ਦੇ ਨਾਲ ਕੰਮ ਕਰਨਗੇ ਔਰ ਲੋਕਾਂ ਦਾ ਯਸ਼ ਖੱਟਣਗੇ ਔਰ ਜੱਗੀ ਸਾਹਿਬ ਦੀ ਸੇਵਾ ਕਰਨਗੇ। ਸਾਰੀ ਟੀਮ ਨੂੰ ਮੈਂ ਇੱਥੇ ਆਉਣ 'ਤੇ ਜੀ ਆਇਆਂ ਕਹਿੰਦਾ। ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜੀ, ਅੱਜ ਦੇ ਸਮੇਂ ਦੇ ਵਿੱਚ ਸਰਬੱਤ ਦਾ ਭਲਾ ਟਰੱਸਟ ਜਿਹੜਾ ਰੋਪੜ ਦੇ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰ ਰਿਹਾ ਜੀ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਹੁਣ ਤੱਕ ਦੀਆਂ ਜਿਹੜਾ ਪਾੜਾ ਹੈ ਗਰੀਬੀ ਔਰ ਅਮੀਰੀ ਦਾ ਉਹ ਕਾਫੀ ਵਧਿਆ, ਕਈ ਸਹੂਲਤਾਂ ਤੋਂ ਈਵਨ ਕਿ ਰੋਜ਼ੀ ਰੋਟੀ ਤੋਂ ਵੀ ਸਿਹਤ ਸਹੂਲਤਾਂ ਤੋਂ ਇੱਕ ਵਰਗ ਜਿਹੜਾ ਉਹ ਵਾਂਝਾ ਰਹਿ ਗਿਆ। ਉਹਨਾਂ ਦੀ ਬਾਂਹ ਜਿਹੜੀਆਂ ਵੀ ਸੰਸਥਾਵਾਂ ਫੜ ਰਹੀਆਂ ਨੇ ਸਰਬੱਤ ਦਾ ਭਲਾ ਟਰੱਸਟ ਵਰਗੀਆਂ, ਇੱਕ ਤਾਂ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਜੀ, ਦੂਜਾ ਮੈਂ ਕਹਿੰਦਾ ਇਹਨਾਂ ਜੋ ਸੁਨੇਹਾ ਇਹਨਾਂ ਸੰਸਥਾਵਾਂ ਵੱਲੋਂ ਦਿੱਤਾ ਜਾ ਰਿਹਾ ਉਹ ਸਾਰਿਆਂ ਨੂੰ ਜਿਹੜਾ ਸੁਨੇਹਾ ਵੀ ਅਡੋਪਟ ਕਰਨਾ ਚਾਹੀਦਾ, ਕਿਉਂਕਿ ਜੇ ਸਾਰੇ ਹੀ ਅਸੀਂ ਆਪਣੇ ਆਸ ਪਾਸ ਸਮਾਜ ਦੇ ਵਿੱਚ ਲੋੜਵੰਦਾਂ ਦੀ ਮਦਦ ਕਰਾਂਗੇ, ਸਾਡੇ ਜਿਹੜੇ ਭੈਣ ਭਰਾ ਥੋੜ੍ਹਾ ਪਿੱਛੇ ਰਹਿ ਗਏ ਨੇ ਫਾਈਨੈਂਸ਼ਲੀ ਜਾਂ ਕਿਸੇ, ਉਹਨਾਂ ਦੀ ਬਾਂਹ ਫੜਾਂਗੇ ਤਾਂ ਹੀ ਜਿਹੜਾ ਇਹ ਜਿਹੜੇ ਦੁੱਖ ਦਰਦ ਹੈ ਉਹ ਦੂਰ ਹੋ ਸਕਦੇ ਆ। ਇੱਕ ਜਿਹੜਾ ਟਰੱਸਟ ਹੈ ਉਹ ਵੱਧ ਤੋਂ ਵੱਧ ਕੰਮ ਕਰ ਸਕਦਾ ਅਤੇ ਕੰਮ ਕਰਨ ਦੇ ਨਾਲ ਨਾਲ ਉਹਦਾ ਸੁਨੇਹਾ ਜਿਹੜਾ ਉਹ ਜ਼ਿਆਦਾ ਮਹੱਤਵਪੂਰਨ ਹੈ, ਉਸ ਸੁਨੇਹੇ ਤੋਂ ਬਾਕੀ ਸਭ ਨੂੰ ਜਿਹੜਾ ਸਿੱਖਣਾ ਚਾਹੀਦਾ।